ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕਰਨਾ ਚੈਪਟਰ ਨੰਬਰ 1 ਮਨੀ ਬੇਟਾ ਇਹਦੇ ਮੈਂ ਛੋਟੇ ਕੁਐਸਚਨ ਤੁਹਾਨੂੰ ਕਰਵਾ ਦਿੱਤੇ ਹੈਗੇ ਜਿਹੜੇ 1 ਨੰਬਰ ਦੇ ਆਣੇ ਆ ਅੱਜ ਮੈਂ ਟੌਪਿਕ ਲਿਆ ਆ ਹੈ ਫੋਨ ਨੰਬਰ ਵਾਲਾ ਤੇ ਇਹਦੇ ਨੰਬਰ ਇਹ ਜਿਹੜੇ ਕੁਐਸਚਨ ਆਨਸਰ ਆ ਉਹ ਇਹਦੀ ਲੈਂਥ ਕਿੰਨੀ ਰੱਖਣੀ ਹੈ ਕਿ ਤੁਹਾਡੇ ਜਿਹੜੇ 4 ਨੰਬਰ ਆਣ ਅਹੀਂ ਉਹ ਡਿਸਕਸ ਕਰਾਂਗੇ ਪਹਿਲਾ ਕੁਐਸ਼ਨ ਹੈ ਡਿਸਕਸ ਦਾ ਡਰਾਅ ਬੈਕ ਆਫ ਬਾਟੇ ਸਿਸਟਮ ਇਨ ਬਰੀਫ ਮਤਲਬ ਕਿ ਜਿਹੜਾ ਬਾਟੇ ਸਿਸਟਮ ਹੈ ਉਹ ਉਹਦੀਆਂ ਡੀਮੈਰਿਟ ਲਿਖਣੀਆਂ ਮੈਂ ਠੀਕ ਹੈ ਤੇ ਜਾਂ ਤੁਹਾਨੂੰ ਇਹ ਕੁਐਸ਼ਨ ਆ ਜੇ ਤੇ ਜਾਂ ਫਿਰ ਆ ਜੇ ਵਾਟ ਇਜ਼ ਬਾਟੇ ਸਿਸਟਮ ਆਫ ਐਕਸਚੇਂਜ ਤੇ ਕਹਿੰਦੇ ਕਿ ਐਕਸਚੇਂਜ ਸਿਸਟਮ ਜਿਹੜਾ ਬਾਟੇ ਸਿਸਟਮ ਕੀ ਹੀ ਆਦਾਨ ਪ੍ਰਦਾਨ ਕਰਨ ਵਿੱਚ ਰਾਈਟ ਐਨੀ 4 ਡੀਮੈਰਿਟ ਆਫ ਬਾਟੇ ਸਿਸਟਮ ਇਹਦੇ ਵਿੱਚ ਵੀ ਇਹ ਹੈ ਕਿ ਡੀਮੈਰਿਟ ਲਿਖਣੀ ਆ ਜਾਂ ਤੁਹਾਨੂੰ ਇੱਕ ਕੁਸ਼ਨ ਆ ਦੇ ਐਕਸਪਲੇਨ ਡਰਾ ਬੈਕ ਆਫ 바ਟੇ ਸਿਸਟਮ ਆਫ এক্সচেਜ ਹਾਊ ਫਾਰ ਹੈਜ਼ ਮਨੀ ਪ੍ਰੋਵਾਈਡ ਯੂਸਫੁਲ ਇਨ ਰਿਮੂਵਿੰਗ ਥਿਸ ਡਰਾ ਬੈਕ ਤੇ ਕਹਿੰਦੇ ਕਿ ਜਿਹੜਾ ਵੀ ਤੁਹਾਨੂੰ ਇਹ ਤਿੰਨਾਂ ਵਿੱਚ ਇੱਕ ਕੁਸ਼ਨ ਆ ਜਾਏ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਲਿਖਣਾ ਇਹਦਾ ਆਨਸਰ ਹੀ ਪੜ੍ਹ ਲੈਣੇ ਆ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਐਗਜ਼ਾਮਪਲ ਦੇਣੀ ਹੈ 바ਟੇ ਸਿਸਟਮ ਦੀ 바ਟੇ ਸਿਸਟਮ ਆਫ এক্সচেਜ ਰੈਫਰ ਟੂ ਡੈਟ ਸਿਸਟਮ a feature under which goods are exchanged with goods te drawback of barter system of exchange te ida matlab hai ki barter system oh cheez hundi hai jide vich assi cheezan to cheezan jehdiyan exchange goods to goods change karde ha te ida hun ahi demerit likhange sab to pehla hai ki lack of double coincidence kenday uh, double coincidence of human wants is the base of barter system of exchange but it is a rare situation ਕਹਿੰਦਾ ਕਿ ਬਹੁਤ ਘੱਟ ਹੁੰਦਾ ਹੈ ਕਿ ਜਿਹੜੇ ਮਤਲਬ ਹਿਊਮਨ ਹੁੰਦੇ ਉਹ ਦੀ ਡਿਜ਼ਾਇਰ ਦੇ ਅਕੋਰਡਿੰਗਲੀ ਉਹਨੂੰ ਚੀਜ਼ਾਂ ਮਿਲਦੀਆਂ ਹਨ ਤੇ ਇਹ ਸਭ ਤੋਂ ਵੱਡਾ ਦਾ ਜਿਹੜਾ ਹੈ ਡਿਮੈਰਿਟ ਹੀ ਅਗੇ ਅਗੇ ਲੈਕ ਆਫ ਕਾਮਨ ਯੂਨਟ ਆਫ ਮੈਜ਼ਰਮੈਂਟ ਤੇ ਕਹਿੰਦੇ ਇਹ ਨਾਲ ਹਰ ਮੈਜ਼ਰਮੈਂਟ ਨਹੀਂ ਹੁੰਦੀ ਹੁੰਦੀ ਚੀਜ਼ ਦੀ ਜਿਹ ਮਤਲਬ ਅਸੀਂ ਮੀਅਰ ਨਹੀਂ ਕਰ ਸਕਦੇ ਹੀ ਇਟ ਇਜ਼ ਵੈਰੀ ਡਿਫਿਕਲਟ ਟੂ ਮੈਜ਼ਰ ਦਾ ਵੈਲਿਊ ਆਫ ਪ੍ਰੋਡਕਟ ਅੰਡਰ ਬਾਟਰ ਸਿਸਟਮ ਆਫ ਚੇਂਜ ਵੈਲਿਊ ਦਾ ਜਿਹੜਾ ਹੈ ਪ੍ਰੋਡਕਟ ਦੀ ਮੈਜ਼ਰ ਹੀ ਨਹੀਂ ਹੁੰਦੀ ਹੁੰਦੀ ਕਿ ਐਦੀ ਆ ਵੈਲਿਊ ਹੈਗੀ ਆ ਅਗੇ ਕਿ ਟ੍ਰੇਡਿੰਗ ਕੋਸਟ ਆਫ ਬਾਟੇ ਸਿਸਟਮ ਆਫ ਚੇਂਜ ਤੇ ਇਹਦੇ ਨਾਲ ਇਹ ਵੀ ਹੈਗੇ ਕਿ ਉਹਦੀ ਟ੍ਰੇਡਿੰਗ ਕੋਸਟ ਤਾਂ ਸਾਨੂੰ ਪਤਾ ਨਹੀਂ ਲੱਗਦਾ ਡਿਊ ਟੂ ਲੈਕ ਆਫ ਡਬਲ ਕੋਇਨਸੀਡੈਂਟ ਆਫ ਵਾਰਡਸ ਟ੍ਰੇਡਿੰਗ ਕੋਸਟ ਯੂਜ਼ ਟੂ ਬੀ ਵੈਰੀ ਹਾਈ ਅੰਡਰ ਥਿਸ ਸਿਸਟਮ ਆਫ ਐਕਸਚੇਂਜ ਬਹੁਤ ਜ਼ਿਆਦਾ ਹਾਈ ਹੋ ਜਾਂਦੀ ਹੈ ਜਿਹੜੀ ਟ੍ਰੇਡਿੰਗ ਕੋਸਟ ਉਹਦੀ ਹਾਈ ਰਹਿੰਦੀ ਹੈਗੀ ਅਗੇ ਅਗਾ ਫੋਰਥ ਪ੍ਰੋਬਲਮ ਰਿਲੇਟਡ ਵਿਦ ਡੈਫਰ ਪੇਮੈਂਟ ਹੁਣ ਇਹਦੇ ਡੈਫਰ ਪੇਮੈਂਟ ਵਿੱਚ ਵੀ ਇਹ ਦੀ ਪ੍ਰੋਬਲਮ ਹੋ ਜਾਈ ਹੋ ਗਈ ਹੈ ਮਤਲਬ ਇਹ ਸਿਸਟਮ ਦੇ ਵਿੱਚ ਬਾਟਰ ਸਿਸਟਮ ਆਫ ਐਕਸਚੇਂਜ ਕ੍ਰੀਏਟ ਮੈਨੀ ਪ੍ਰੋਬਲਮ ਇਨ ਦਾ میکਿੰਗ ਡੈਫਰ ਪੇਮੈਂਟ ਜਿਹੜੀ ਡੈਫਰ ਪੇਮੈਂਟ ਦੇਣੀ ਹੁੰਦੀ ਹੈ ਉਹਦੇ ਕਰਕੇ ਜਿਹੜਾ ਇਹ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਮੂਲਤਵੀ ਪੇਮੈਂਟ ਹੁੰਦੀ ਹੈ ਉਹ ਜਿਹੜੇ ਉਹਦੇ ਡੈਫਰੈਂਸ ਸਿਸਟਮ ਦੇ ਨਾਲ ਸਾਡਾ ਜਿਹੜਾ ਇਹ ਇਹਦੇ ਮੁਸ਼ਕਲ ਆ ਜਾਂਦੀ ਹੀ ਕਿ ਇਹ ਉਹਨੂੰ ਜਿਹੜੀ ਸਾਡੇ ਪੇ ਆ ਉਹਦੇ ਵਿੱਚ ਨਹੀਂ ਕਰ ਸਕਦੇ ਹੀ ਜਿਹੜੀ ਮੁੱਲਤ ਵੀ ਪੇ ਆ ਉਹ ਹੀ ਨਹੀਂ ਪੇ ਕਰ ਸਕਦੇ ਹੀ ਅੱਗੇ ਹੈ ਗਏ वेल्यूएशन ऑफ मनी हैज प्रोवाइडेड हाइली यूज्ड बीन इन रिमूविंग दिस ड्रॉबैक ऑफ बारटर सिस्टम ऑफ एक्सचेंज कंदे कि फिर बाचर मूल्यांकन तो बात पदा ए हुंदा है कि जेड़ा हाइली यूजफुल है यही एदियां जेड़ियां तिन जेड़े ए जेड़ियां जेड़ी इनन दियां डिमेरिट है इनन दे बावजूद भी की है विद इन एक्सचेंज ऑफ गुड एंड सर्विस हैज बिकम वेरी इजी एंड कमेंट ਤੇ ਇਹ ਕਹਿੰਦੇ ਕਿ ਇਹਦੇ ਨਾਲ ਵੀ ਜਿਹੜਾ ਹੈ ਕਨਵੈਂਟੈਂਟ ਇਹਦੇ ਨਾਲ ਇਹ ਬਾਟੇ ਸਿਸਟਮ ਦੇ ਹੈਗੀਆਂ ਹੀ ਜੀ ਮੈਰਿਟ ਹੈਗੇ ਪਰ ਇਸ ਦੇ ਬਾਵਜੂਦ ਵੀ ਉਸ ਸਮੇਂ ਦੀ ਜੇ ਲਾਲੋ ਗੁੱਡਸ ਐਂਡ ਸਰਵਿਸ ਵਾਸਤੇ ਇਹ ਕਾਫੀ ਈਜ਼ੀ ਤੇ ਜਿਹੜੀ ਸੁਵਿਧਾ ਝਨਕ ਸੀ ਠੀਕ ਹੈ ਅੱਗੇ ਤੁਹਾਨੂੰ ਸੈਕੰਡ ਕੁਐਸਚਨ ਅਸੀਂ ਡਿਸਕਸ ਕਰਦੇ ਹਾਂ ਗਿਵ ਦਾ ਮੀਨਿੰਗ ਆਫ ਮਨੀ ਐਂਡ ਕਲਾਸੀਫਾਈ ਬੇਟਾ ਜੇ ਤੁਹਾਨੂੰ ਆਹ ਕੁਐਸਚਨ ਆ ਜਾਏ ਜਾਂ ਆਏਗੇ ਵਾਟ ਇਜ਼ ਦਾ ਵਾਟ ਇਜ਼ ਮਨੀ ਹਾਊ ਕੈਨ ਮਨੀ ਬੀ ਕਲਾਸੀਫਾਈਡ ਜਾਂ ਤੁਹਾਨੂੰ ਇੱਕ ਕੁਐਸਚਨ ਆਜੇ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਹੀ ਐਗਜ਼ਾਮਪਲ ਰੱਖਣੀ ਹੈ ਪਹਿਲਾਂ ਮਨੀ ਦੀ ਅਸੀਂ ਐਗਜ਼ਾਮਪਲ ਦਵਾਂਗੇ ਅਕੋਰਡਿੰਗ ਟੂ ਗ੍ਰੋਥ ਕਹਿੰਦੇ ਮਨੀ ਕੈਨ ਬੀ ਡਿਫਾਈਨਡ ਐਜ਼ anything that is generally accepted as a mean of exchange and at the same time act as a measure and as a store of value beta krother de anusar hi apni jehdi mani hai oh di example deni hai ki mani oh cheez hai jehdi generally hi paisa hoega te hi cheez kharchange theek hai paisa hoega te hi cheez lavange nu measure vi kita janda te store vi kita janda aage hai classification of money hun kinniya kisma vich vandi jandi hai ki jehdi mani kinne ਤਰਾਂਦੀ ਹੁੰਦੀ ਹੈ ਪਹਿਲੇ ਹੈਗੇ ਫੁੱਲ ਬੋਡੀ ਮਨੀ ਫੁੱਲ ਬੋਡੀ ਮਨੀ ਸੌਰੀ ਫੁੱਲ ਬੋਡੀ ਮਨੀ ਦਾ ਮਨੀ ਹੂਜ਼ ਹੂਜ਼ ਫੇਸ ਵੈਲਿਊ ਐਂਡ ਇੰਟੈ ਇੰਟੈਸਿਵ ਵੈਲਿਊ ਇਜ਼ ਇਕੁਅਲ ਇਜ਼ ਨਾਉਨ ਫੁੱਲ ਬਾਡੀ ਮਨੀ ਤੇ ਕਹਿੰਦੇ ਕਿ ਜੇ ਫੁੱਲ ਬਾਡੀ ਮਨੀ ਹੈ ਉਹਦੇ ਵਿੱਚ ਜਿਹੜੀ ਉਹਦੀ ਫੇਸ ਵੈਲਿਊ ਤੇ ਅੰਦਰੂਨੀ ਮੋਲਾ ਬਰਾਬਰ ਹੁੰਦਾ ਹੈ ਅਗੇ ਅਗੇ ਰਿਪਰਿਜ਼ੈਂਟਡ ਫੁੱਲ ਬਾਡੀ ਮਨੀ ਤੇ ਇਹਦੇ ਵਿੱਚ ਹੈਗਾ ਦਾ ਮਨੀ ਵਿਚ ਰਿਪਰਿਜ਼ੈਂਟਡ ਫੁੱਲ ਬਾਡੀ ਮਨੀ ਇਜ਼ ਨਾਉਨ ਐਜ਼ ਅ ਰਿਪਰਿਜ਼ੈਂਟਡ ਫੁੱਲ ਬਾਡੀ ਮਨੀ ਜਿਹੜੇ ਕਿ ਰਿਪਰਿਜ਼ੈਂਟਡ ਅਨੁਮਾਨਿਤ ਮਨੀ ਨੂੰ ਦਰਸਾਂਦਾ ਉਹਨੂੰ ਕੀ ਕਹਿੰਦੇ ਨੇ ਰਿਪਰਿਜ਼ੈਂਟ ਮਨੀ ਅਗੇ ਹੈਗਾ ਕ੍ਰੈਡਿਟ ਮਨੀ ਕਹਿੰਦੇ ਨੇ ਦ ਮਨੀ ਹੂਸ ਫੇਸ ਵੈਲਿਊਜ਼ ਕੰਪੈਰੀਟਿਵਲੀ ਵੈਰੀ ਹਾਈ ਦੈਨ ਇਟ ਇਜ਼ ਇੰਟਰਸਟਿੰਗ ਹਵ ਵੈਲਿਊ ਇਜ਼ ਨਾਉਨ ਐਸ ਕ੍ਰੈਡਿਟ ਮਨੀ ਹੁਣ ਕਹਿੰਦੇ ਕਿ ਇਹਦੇ ਵਿੱਚ ਜਿਹੜੀ ਜਿਹੜੀ ਕੰਪੈਰੀਟਿਵ ਮਨੀ ਹੈ ਫੇਸ ਵੈਲਿਊ ਹੁੰਦੀ ਹੈ ਐਸ ਮਨੀ ਦੇ ਵਿੱਚ ਜ਼ਿਆਦਾ ਹੁੰਦੀ ਹੈ ਫੇਸ ਵੈਲਿਊ ਜਿਆਦਾ ਹੁੰਦੀ ਇਹਦੇ ਅਨਰੂਲੀ ਮੁੱਲ ਤੋਂ ਠੀਕ ਹੈ ਅੱਗੇ ਹੁਗਰ ਥਰਡ ਕੁਐਸਚਨ ਬੰਦਾ ਹੈ ਕਿ ਵਾਟ ਆਰ ਦਾ ਪ੍ਰਾਇਮਰੀ ਫੰਕਸ਼ਨ ਆਫ ਮਨੀ ਹੁਣ ਮਨੀ ਦੇ ਪ੍ਰਾਇਮਰੀ ਫੰਕਸ਼ਨ ਆਣੇ ਨੇ ਤੇ ਇਸ ਤੋਂ ਬਾਅਦ ਜੇ ਆਹ ਕੁਐਸਚਨ ਆ ਜੇ ਜਾਂ ਤਾਂ ਉਹ ਅੱਗੇ ਵਾਟ ਇਜ਼ ਮਨੀ ਐਕਸਪਲੇਨ ਪ੍ਰਾਇਮਰੀ ਫੰਕਸ਼ਨ ਆਫ ਮਨੀ ਤਾਂ ਸਭ ਤੋਂ ਪਹਿਲਾਂ ਅਸੀਂ ਉਹ ਹੀ ਕਰਾਂਗੇ ਕਿ ਹੁਣ ਇੱਕ ਐਗਜ਼ਾਮਪਲ ਜਿਹੜੀ ਚੰਗੀ ਤਰ੍ਹਾਂ ਰੱਟੀ ਹੋਣੀ ਚ ਮੈਂ ਤਾਂ ਹੀ بار بار ਕਰੋਥਰ ਦੀ ਜਿਹੜੀ ਐਗਜ਼ੈਂਪਲ ਲਈ ਹੈ ਤਾਂ ਤੁਹਾਨੂੰ ਅੱਛੇ ਤਰ੍ਹਾਂ ਰਟ ਜਾਵੇ ਠੀਕ ਹੈ ਤੇ ਸਾਡੀ ਮਨੀ ਦਾ ਹੈਡਿੰਗ ਲਾ ਕੇ ਤੇ ਅਕੋਰਡਿੰਗ ਟੂ ਕਰੋਥਰ ਮਨੀ ਕੈਨ ਬੀ ਡਿਫਾਈਨ ਐਜ਼ ਐਨੀਥਿੰਗ दैट इज ਅ ਲੀਗ ਐਕਸੈਪਟੇਸ਼ਨ ਐਜ਼ ਅ ਮੀਨ ਆਫ ਐਕਸਚੇਂਜ ਐਂਡ ਐਟ ਦਾ ਸੇਮ ਟਾਈਮ ਐਟ ਦਾ ਸੇਮ ਹਨ ਬੇਟਾ ਸੇਮ ਟਾਈਮ ਐਕਟ ਐਜ਼ ਅ ਮੇਜ਼ਰ ਐਜ਼ অর ਐਂਡ ਐਜ਼ ਅ ਸਟੋਰ ਆਫ ਵੈਲਿਊ ਠੀਕ ਹੈ ਮਨੀ ਜਿਹੜੀ ਹੈ ਉਹ ਚੀਜ਼ ਹੈ ਜਿਹਨੂੰ ਅਸੀਂ ਐਕਸੈਪਟ ਕਰਦੇ ਹਾਂ ਜਿਵੇਂ 500 ਦਾ ਨੋਟ ਹੈ ਤੇ ਹਰ ਨਾ ਉਹਨੂੰ ਐਕਸੈਪਟ ਕੀਤਾ ਕਿ ਇਹ ਹੀ ਇਹਦੇ ਨਾਲ ਇਹ ਚੀਜ਼ਾਂ ਚੂਜਾਂ ਵਗੈਰਾ ਜੋ ਵੀ ਹੈਗਾ ਖੇਚ ਮਤਲਬ ਕਰ ਸਕਦੇ ਹਾਂ ਮੀਅਰ ਕਹਿ ਸਕਦੇ ਆ ਤੇ ਇਹਦੀ ਇਹਦੀ ਸਟੋਰੇਜ ਵੀ ਸਟੋਰ ਵੀ ਕਰ ਸਕਦੇ ਆ ਮਨੀ ਉਹ ਚੀਜ਼ ਹੈ ਹੁਣ ਹੈ देयर प्राइमरी ਫੰਕਸ਼ਨ ਆਫ ਮਨੀ ਤੇ ਇਸ ਤੋਂ ਸਭ ਤੋਂ ਪਹਿਲਾਂ ਹੈਗਾ ਮੀਡੀਅਮ ਆਫ ਚੇਂਜ ਕਹਿੰਦੇ ਕਿ ਇਹ ਆਦਾਨ ਪ੍ਰਦਾਨ ਦਾ ਜਿਹੜਾ ਮੀਡੀਅਮ ਹੈ ਦਾ ਮੋਸਟ ਇੰਪੋਰਟੈਂਟ ਫੰਕਸ਼ਨ ਆਫ ਮਨੀ ਇਜ਼ ਟੂ ਐਕਟ ਐਜ਼ ਏ ਮੀਡੀਅਮ ਆਫ ਐਕਸਚੇਂਜ ਇਹ ਐਜ਼ ਅ ਮੀਡੀਅਮ ਆਫ ਐਕਸਚੇਂਜ ਨੂੰ ਲਿਆ ਜਾਂਦਾ ਹੈ ਇਹਨੂੰ ਮੀਡੀਅਮ ਆਫ ਐਕਸਚੇਂਜ ਵਜੋਂ ਵਰਤਿਆ ਜਾਂਦਾ ਹੈ ਹਿਊਮਨ ਬੀਸ ਕੈਨ ਈਜ਼ਲੀ ਐਕਸਚੇਂਜ ਗੁੱਡ ਐਂਡ ਸਰਵਿਸ ਵਿਦ ਦਾ ਹੈਲਪ ਆਫ ਮਨੀ ਤੇ ਜਿਹੜਾ ਇਨਸਾਨ ਹੈ ਉਹ ਚੀਜ਼ਾਂ ਖਰੀਦ ਸਕਦਾ ਹੈ ਕੋਈ ਵੀ ਚੀਜ਼ ਲੈ ਸਕਦਾ ਹੈ ਵਿਦ ਦਾ ਹੈਲਪ ਆਫ ਮਨੀ ਇਟ ਇਜ਼ ਬਿਕੋਸ ਆਫ ਥਿਸ ਫੰਕਸ਼ਨ ਆਫ ਮਨੀ 댓 ਮਨੀ ਇਜ਼ ਆਲਸੋ ਨਾਉਨ ਐਸ ਮੀਡੀਅਮ ਆਫ ਪੇਮੈਂਟ অর ਮੀਨਸ ਆਫ ਪੇਮੈਂਟ ਕਹਿੰਦੇ ਇਹਦੇ ਇਸੇ ਗੁਣ ਦੇ ਕਰਕੇ ਇਹਨੂੰ ਕੀ ਕਿਹਾ ਜਾਂਦਾ ਮੀਡੀਅਮ ਆਫ ਪੇਮੈਂਟ ਜਾਂ ਮੀਨਸ ਆਫ ਪੇਮੈਂਟ ਅੱਗੇ ਹੈਗਾ ਮੈਜ਼ਰ ਆਫ ਮਨੀ ਵੈਲਿਊ ਸੋਰੀ ਮੈਜ਼ਰ ਆਫ ਵੈਲਿਊ ਇਹਦੇ ਨਾਲ ਸਾਨੂੰ ਅਨੁਮਾਨ ਲਗਾਇਆ ਜਾਂਦਾ ਇਹਦੀ ਵੈਲਿਊ ਦਾ ਪਤਾ ਲੱਗਦਾ ਕਹਿੰਦੇ ਸੈਕੰਡ ਮੋਸਟ ਫੰਕਸ਼ਨ ਆਫ ਮੋਸਟ ਇੰਪੋਰਟੈਂਟ ਫੰਕਸ਼ਨ ਆਫ ਮਨੀ ਇਜ਼ ਟੂ ਹੈਲਪ ਟੂ ਮੈਜ਼ਰ ਦਾ ਵੈਲਿਊ ਆਫ ਅ ਡਿਫਰੈਂਟ ਗੁੱਡ ਐਂਡ ਸਰਵਿਸ ਇਹਦੇ ਨਾਲ ਅਸੀਂ ਕੀ ਕਰ ਸਕਦੇ ਆ ਕਿ ਇਹ ਚੀਜ਼ ਦੀ ਵੈਲਿਊ ਨੂੰ ਮੈਜ਼ਰ ਕਰ ਸਕਦੇ ਆ ਦਾ ਵੈਲਿਊ ਆਫ ਵੈਰੀਅਸ ਗੁੱਡ ਐਂਡ ਸਰਵਿਸ ਇਜ਼ ਮੈਜ਼ਰਡ ਇਨ ਦਾ ਟਰਮ ਆਫ ਮਨੀ ਤੇ ਇਹਦੇ ਨਾਲ ਹੀ ਹੁਣ ਕਈ ਚੀਜ਼ਾਂ ਹਰੇ ਹਨ 50 ਪੈਦੀ ਮਿਲਦੀ ਹੈ ਕਈ ਹੰਡੜ ਮਿਲਦੇ ਹਨ ਇਹਦੇ ਨਾਲ ਵੈਲਿਊ ਦਾ ਮੈਜ਼ਰਮੈਂਟ ਹਨ ਪਤਾ ਲੱਗ ਜਾਂਦਾ ਹੈ ਇਟ ਇਜ਼ ਬਿਕੋਸ ਆਫ ਦਿਸ ਫੰਕਸ਼ਨ ਆਫ ਮਨੀ ਥੈਟ ਮਨੀ ਇਜ਼ ਨਾਉਨ ਐਸ ਯੂਨਟ ਆਫ ਅਕਾਊਂਟ ਜਾਂ ਯੂਨਟ ਆਫ ਵੈਲਿਊ ਕਹਿੰਦੇ ਇਹਦੇ ਇਸੇ ਗੁਣ ਦੇ ਕਰਕੇ ਇਹਨੂੰ ਕੀ ਕਵਾਂਗੇ ਯੂਨਟ ਆਫ ਅਕਾਊਂਟ ਜਾਂ ਯੂਨਟ ਆਫ ਵੈਲਿਊ ਕਵਾਂਗੇ ਤੇ ਬੇਟਾ ਤੁਹਾਡਾ ਜਿਹੜਾ 4ਥ ਕੁਐਸਚਨ ਹੈ इन ये ध्यान ना देखो बहुत ही इंपॉर्टेंट है जिन्ने भी सारे क्वेश्चन है सारे बहुत इंपॉर्टेंट है जिस तरह कि हालांकि फोर्थ क्वेश्चन है व्हाट आर द सेकेंडरी फंक्शन ऑफ मनी ठीक है तो एक्सप्लेन सेकेंडरी फंक्शन ऑफ मनी या व्हाट डू यू मीन बाय मनी एक्सप्लेन ਬਰੀਫਲੀ ਦਾ ਸੈਕੰਡਰੀ ਫੰਕਸ਼ਨ ਆਫ ਮਨੀ ਜਿਹੜਾ ਸੈਕੰਡਰੀ ਫੰਕਸ਼ਨ ਆਫ ਮਨੀ ਇਹਦੇ ਤਿੰਨੇ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਘੁਮਾ ਫਰਾ ਕੇ ਆ ਸਕਦੇ ਨੇ ਤੇ ਸਭ ਤੋਂ ਪਹਿਲਾਂ ਫਿਰ ਅਸੀਂ ਕੀ ਕਰਾਂਗੇ ਕਿ ਮਨੀ ਦੀ ਐਗਜ਼ਾਮਪਲ ਦੇਣੀ ਹੀ ਦੇਣੀ ਹੈ ਇਹਦੇ ਨਾਲ ਵੀ ਤੁਹਾਡੇ ਨੰਬਰ ਜਿਹੜੇ ਪੂਰੇ ਪੂਰੇ ਆ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਮਨੀ ਪਹਿਲਾਂ ਉਹਨਾਂ ਨੇ ਪੁੱਛਿਆ ਤਾਂ ਨਹੀਂ ਹੈਗਾ ਕਿ ਵਾਟ ਇਜ਼ ਥਰਡ ਕੁਐਸਚਨ ਵਿੱਚ ਪੁੱਛਿਆ ਸਿਰਫ ਵਾਟ ਡੂ ਯੂ ਮੀਨ ਬਾਈ ਮਨੀ ਠੀਕ ਹੈ ਤੁਹਾਨੂੰ ਜੇ ਜੋ ਵੀ ਆ ਜੇ ਜੇ ਸੈਕੰਡਰੀ ਫੰਕਸ਼ਨ ਆਏ ਆਫ ਮਨੀ ਜਾਂ ਐਕਸਪਲੇਨ ਸੈਕੰਡਰੀ ਫੰਕਸ਼ਨ ਆਫ ਮਨੀ ਸਭ ਤੋਂ ਪਹਿਲਾਂ ਤੁਸੀਂ ਐਗਜ਼ਾਮਪਲ ਜ਼ਰੂਰ ਦੇਣੀ ਹੈ ਤਾਂ ਜੋ ਤੁਹਾਡੇ ਨੰਬਰ ਵੱਧ ਤੋਂ ਵੱਧ ਆ ਸਕਣ ਮੋਸਟਲੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਐਗਜ਼ਾਮਪਲ ਹੁੰਦੇ ਟੀਚਰ ਬਹੁਤ ਇੰਪ੍ਰੈਸ ਹੁੰਦੀ ਹੈ ਕਿ ਬੱਚੇ ਨੇ ਐਗਜ਼ਾਮਪਲ ਦਿੱਤੀ ਦੀ ਹੈ ਜਾਂ ਮਤਲਬ ਕਿ ਹੈ ਦੀ ਪਰਿਭਾਸ਼ਾ ਲਿਖੀ ਹੋਈ ਹੈ ਮਨੀ ਦੀ ਤੇ ਮਨੀ ਦੀ ਪਰਿਭਾਸ਼ਾ ਹੀ ਇੱਕ ਹੀ ਰੱਖਾਂਗੇ ਠੀਕ ਹੈ ਜਿਸ ਤਾ ਕਿ ਮਨੀ ਅਕੋਰਡਿੰਗ ਟੂ ਜੀ ਗ੍ਰੋਥਰ ਗ੍ਰੋਥਰ ਠੀਕ ਹੈ ਮਨੀ ਕੈਨ ਬੀ ਡਿਫਾਈਨ ਐਜ਼ ਐਨੀਥਿੰਗ 댓 ਇਜ਼ ਜਨਰਲ ਐਕਸੈਪਟ ਐਜ਼ ਅ ਮੀਨ ਆਫ ਐਕਸਚੇਂਜ ਐਂਡ ਇਟ 댓 ਦ ਸੇਮ ਟਾਈਮ ਐਕਟ ਐਜ਼ ਅ ਮੀజర్ ਐਂਡ ਐਜ਼ ਅ ਸਟੋਰ ਆਫ ਵੈਲਿਊ ਠੀਕ ਹੈ ਇਹ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਕਿਉਂਕਿ ਇਹ ਤੁਹਾਨੂੰ ਮੇਰੇ ਖਿਆਲ ਚ ਆ ਗਈ ਹੋਏਗੀ ਠੀਕ ਹੈ ਇਹਦਾ ਸੈਕੰਡਰੀ ਫੰਕਸ਼ਨ ਇਹ ਕਰਦੇ ਆ ਸੈਕੰਡਰੀ ਫੰਕਸ਼ਨ ਹੈਗਾ ਆਫ ਮਨੀ ਸਟੈਂਡਰਡ ਐਂਡ ਡੈਫਰਡ ਪੇਮੈਂਟ ਅਨੁਮਾਲਿਤ ਪੇਮੈਂਟ ਹੈ ਜਿਹੜੀ ਡੈਫਰ ਪੇਮੈਂਟ ਹੈ ਮਤਲਬ ਜਿਹੜੀ ਸਟੈਂਡਰਡ ਹੈ ਸਟੈਂਡਰਡ ਆਫ ਡੈਫਰਡ ਪੇਮੈਂਟ ਮਤਲਬ ਤੇ ਇਹਦਾ ਪੜਾਂਗੇ ਦੋਸ ਪੇਮੈਂਟ ਵਿਚ ਆਰ ਮੇਡ ਐਟ ਸਮ ਪੁਆਇੰਟ ਆਫ ਟਾਈਮ ਇਨ ਫਿਊਚਰ ਆਰ ਨਾਉਨ are known as deferred payment medium of deferred payment is also money theek hai jada sab to pehla point hai standard of deferred payment ida nal kiti jandi hai payment theek hai agge gaya store of value te ide jehde he gaya ਵੜਾਂਗੇ ਪਹਿਲਾ ਮਨੀ ਇਜ਼ ਆਲਸੋ ਯੂਸਫੁਲ ਐਜ਼ ਅ ਸਟੋਰ ਆਫ ਮਨੀ ਕਹਿੰਦੇ ਕਿ ਨੂੰ ਮਨੀ ਨੂੰ ਜਿਹੜਾ ਸਟੋਰ ਕੀਤਾ ਜਾ ਸਕਦਾ ਉਹਦੇ ਵਾਸਤੇ ਵੀ ਯੂਸਫੁਲ ਹੈ ਹੁਣ ਜਿਸ ਤਰ੍ਹਾਂ ਕਿ ਕੋ ਕਿੰਨੀ ਸੰਪਤੀ ਹੁੰਦੀ ਹੈ 2 ਲੱਖ 3 ਲੱਖ 4 ਲੱਖ ਜੋ ਵੀ ਹੈਗਾ ਤੇ ਉਹ ਸਟੋਰ ਕਰਕੇ ਰੱਖਦਾ ਉਹ ਆਪਣੇ ਉਹਦੇ ਵਿੱਚ ਥੋੜਾ ਕਰਦਾ ਕਿ ਹਰ ਇੱਕ ਚੀਜ਼ ਨੂੰ ਖਰਚ ਨਹੀਂ ਕਰਦਾ ਪੈਸੇ ਆਪਣੇ ਕੁਝ ਚੀਜ਼ਾਂ ਸਟੋਰ ਵੀ ਕਰ ਸਕਦਾ ਤੇ ਇਹਨੂੰ इजीली ਸਟੋਰ ਕਰ ਸਕਦੇ ਆ ਇਹਨੂੰ ਅਹੀ ਰੱਖ ਸਕਦੇ ਆ ਆਪਣੇ ਘਰ ਵਿੱਚ ਤੇ ਬੈਂਕਾਂ ਵਿੱਚ ਵੀ ਉਹ ਮਤਲਬ ਖਰਾਬ ਹੋਣ ਵਾਲੀ ਚੀਜ਼ ਨਹੀਂ ਹੈ ਠੀਕ ਹੈ it is because of this function of money that human being can be store their wealth with the help of money apni jaydaad nu sambhal sakta hai aage hai transfer of value eh de vich aayega saada money play at important role in the transfer of value also kende eh transfer bhi ki jati ja sakdi hai as a medium of transfer of value money provide mobility ਔਰ ਦੇ ਵੈਲਥ ਐਂਡ ਅਸੈਸਟ ਆਫ ਮੈਨਕਿਨ ਇਨ इजीली ਹੀ ਟ੍ਰਾਂਸਫਰ ਕਰ ਸਕਦੇ ਆ ਤੇ ਪ੍ਰੋਵਾਈਡ ਕਰ ਸਕਦੇ ਆ ਮਨੀ ਦਾ ਹੈਲਥ ਦਾ ਔਰ ਜਿਹੜਾ ਅਸੈਸਟ ਹੁੰਦੀ ਹੈ ਸੰਪਤੀ ਦੇ ਵਿੱਚੋਂ ਠੀਕ ਹੈ ਅੱਗੇ ਹਟਾ ਗਿਆ ਫਿਫਥ ਕੁਐਸਚਨ ਡਿਸਕ੍ਰਾਈਬ ਦਾ ਕੰਟਿਜੈਂਟ ਫੰਕਸ਼ਨ ਆਫ ਮਨੀ ਜਾ ਐਕਸਪਲੇਨ ਕੰਡੀਸ਼ਨਲ ਫੰਕਸ਼ਨ ਆਫ ਮਨੀ ਜਾ ਵਾਟ ਇਜ਼ ਮੀਨ ਆਫ ਮਨੀ ਇਥੇ ਆ ਗਿਆ ਮਨੀ ਇਹਦੇ ਵਿੱਚ ਅਸੀਂ ਫਿਰ ਉਹੀ ਐਗਜ਼ਾਮਪਲ ਦਵਾਂਗੇ ਉਹੀ ਜਿਹੜੀ ਹੈ ਪਰਿਭਾਸ਼ਾ ਲਿਖਾਂਗੇ ਤੇ ਵਾਟ ਇਜ਼ ਦਾ ਕੰਡੀਸ਼ਨਲ ਆਫ ਫੰਕਸ਼ਨ ਆਫ ਮਨੀ ਤੇ ਐਗਜ਼ਾਮਪਲ ਬੇਟਾ ਉਹੀ ਉਹੀ ਲੈਣੀ ਕਰੋਥਰ ਵਾਲੀ ਤੇ ਜਾਂ ਫਿਰ ਤੁਸੀਂ ਆਹ ਵੇਖ ਲਓ ਜੇ ਤੁਸੀਂ ਉਹ ਪਰਿਭਾਸ਼ਾ ਲੈਣੀ ਹੋਵੇ ਉਹ ਵੀ ਕਰ ਸਕਦੇ ਹੋ ਤੇ ਜਾਂ ਸਿੰਪਲ ਤੁਸੀਂ ਮਨੀ ਦਾ ਹੈਡਿੰਗ ਡਾਲ ਕੇ ਐਨੀ ਥਿੰਕ 댓 ਐਕਟ ਐਸ ਮੀਡੀਅਮ ਆਫ এক্সচেਜ ਐਂਡ ਮੇਜਰ ਆਫ ਦਾ ਵੈਲਿਊ ਇਜ਼ ਮਨੀ ਕਨਸਟੈਂਟ ਕਹਿੰਦੇ ਕਿ ਜਿਹਦੇ ਨਾਲ ਅਸੀਂ ਚੀਜ਼ਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਾਂ ਜਿਹਦੇ ਨਾਲ ਸਾਨੂੰ ਵੈਲਿਊ ਦਾ ਪਤਾ ਲੱਗਦਾ ਉਹਨੂੰ ਮਨੀ ਕਹਿੰਦੇ ਨੇ ਤੇ ਕੰਟੀ ਕਨਟਿਜੈਂਟ ਫੰਕਸ਼ਨ ਆਫ ਮਨੀ ਕੀ ਹੈ ਸਭ ਤੋਂ ਪਹਿਲਾਂ ਡਿਸਟ੍ਰਿਬਿਊਸ਼ਨ ਆਫ ਨੈਸ਼ਨਲ ਇਨਕਮ ਕਹਿੰਦੇ ਨੈਸ਼ਨਲ ਇਨਕਮ ਕੈਨ ਬੀ ਐਸਟੀਮੇਟ ਐਂਡ ਡਿਸਟ੍ਰਿਬਿਊਸ਼ਨ ਅਮੰਗ ਫੈਕਟਰ ਆਫ ਪ੍ਰੋਡਕਸ਼ਨ ਵਿਦ ਦਾ ਹੈਲਪ ਆਫ ਮਨੀ ਕਹਿੰਦੇ ਇਹਦੇ ਨਾਲ ਅਨੁਮਾਨ ਲਗਾਇਆ ਜਾਂਦਾ ਨੈਸ਼ਨਲ ਮਨੀ ਦਾ ਤੇ ਐਸਟੀਮੇਟ ਵੀ ਲਗਾਇਆ ਜਾਂਦਾ ਤੇ ਡਿਸਟ੍ਰਿਬਿਊਸ਼ਨ ਵੀ ਹੁੰਦੀ ਹੈ ਇਹਦੇ ਨਾਲ ਮਨੀ ਦੇ ਨਾਲ ਅਗੇ ਹੈ ਟੂ ਪ੍ਰੋਵਾਈਡ ਮੈਕਸਿਮਮ ਸੈਟੀਸਫੈਕਸ਼ਨ ਟੂ ਕੰਜ਼ਿਊਮਰ ਤੇ ਇਹਦੇ ਨਾਲ ਜਿਹੜਾ ਕੰਜ਼ਿਊਮਰ ਆ ਉਹ ਸੈਟੀਸਫਾਈਡ ਹੁੰਦਾ ਥਿਸ ਇਜ਼ ਪੋਸੀਬਲ ਓਨਲੀ ਵਿਦ ਦਾ ਹੈਲਪ ਆਫ ਮਨੀ ਕਹਿੰਦਾ ਜਿਹੜਾ ਇਨਸਾਨ ਦੀ ਡਿਜ਼ਾਇਰ ਉਹ ਮਨੀ ਦੁਆਰਾ ਹੀ ਪੂਰੀ ਹੋ ਜਾਂਦੀ ਹੈ ਠੀਕ ਹੈ ਤੇ ਇਹਦਾ ਅਗਲਾ ਹੈਗਾ ਪੁਆਇੰਟ ਟੂ ਪ੍ਰੋਵਾਈਡ ਮੈਕਸਿਮਮ ਪ੍ਰੋਫਿਟ ਟੂ ਦਾ ਪ੍ਰੋਡਿਊਸਰ ਤੇ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਜਿਹੜਾ ਪ੍ਰੋਡਿਊਸਰ ਹੈ ਉਹਨੂੰ ਪ੍ਰੋਫਿਟ ਹੁੰਦਾ ਹੈ ਇਟ ਇਜ਼ ਆਲਸੋ ਪੋਸੀਬਲ ਓਨਲੀ ਵਿਦ ਦਾ ਹੈਲਪ ਆਫ ਮਨੀ ਤੇ ਮਨੀ ਹੋਏਗੀ ਕਿਸੇ ਪੈਸਾ ਕਿਸੇ ਕੰਮ ਤੇ ਲਾਏਗਾ ਤਾਂ ਫਿਰ ਹੀ ਉਹਨੂੰ ਪ੍ਰੋਫਿਟ ਹੋਏਗਾ ਅੱਗੇ ਅੱਗੇ ਬਾਟ ਅਗਰ ਬੈਰੀਅਰ ਆਫ ਆਪਸ਼ਨ ਤੇ ਐਵਰੀ ਹਿਊਮਨ ਬੀਇੰਗ ਕੈਨ ਟੇਕ ਇਕਨੋਮਿਕ ਡਿਸੀਜਨ ਅਕੋਰਡਿੰਗ ਟੂ ਥਿਸ ਓਨ ਵਿਲ ਵਿਦ ਦਾ ਹੈਲਪ ਆਫ ਮਨੀ ਕੋਈ ਵੀ ਫੈਸਲਾ ਕਰ ਸਕਦਾ ਹੈ ਜੇ ਉਹਦੇ ਕੋ ਮਤਲਬ ਪੈਸਾ ਹੈਗਾ ਸੋ ਮਨੀ ਇਜ਼ ਅ ਬੈਰੀਅਰ ਆਫ ਆਪਸ਼ਨ ਇਨਸਾਨ ਦੇ ਕੋਲ ਜਿਹੜਾ ਹੈ ਮਨੀ ਹੈਗੇ ਤੇ ਸਾਰਾ ਕੁਝ ਸੰਭਵ ਹੈ ਹਗਾ ਹੈ ਗਾਇ ਡਿਫਰੈਂਟ ਬਿਟਵੀਨ ਦਾ ਮਨੀ ਐਂਡ ਨੀਅਰ ਮਨੀ ਇਹਦੇ ਵਿੱਚ ਵੀ ਸਾਡਾ ਵੀ ਇੰਪੋਰਟੈਂਟ ਹੈ ਬੋਰਡ ਦੀ ਕਲਾਸਾਂ ਵਿੱਚ ਆਇਆ ਹੈ 13 ਤੇ 14 ਵਿੱਚ ਨਾਲ ਮੈਂ ਐਡ ਕਰ ਦਿੱਤੇ ਕਿ ਕਿੰਨੇ ਕਿੰਨੇ ਸਾਲ ਵਿੱਚ ਆਇਆ ਠੀਕ ਹੈ ਹੁਣ ਅਸੀਂ ਮਨੀ ਤੇ ਨੀਅਰ ਮਨੀ ਬਾਰੇ ਪੜਾਂਗੇ ਮਨੀ ਐਂਡ ਨੀਅਰ ਮਨੀ ਹੈਡਿੰਗ ਐਨੀਥਿੰਗ 댓 ਹੈਲਪ ਇਨ এক্সচেਜ ਕੈਨ ਬੀ ਰੈਫਰਡ ਟੂ ਮਨੀ ਸਭ ਕੁਛ ਚੇਂਜ ਕੀਤਾ ਜਾ ਸਕਦਾ ਹੈ ਅਗਰ ਮਨੀ ਹੈਗੀ ਹੈ ਇਟ ਮੀਨਸ ਥੈਟ మీడియం ਆਫ এক্সচেਜ ਇਨ ਦਾ ਇਕਨੋਮੀ ਇਜ਼ ਆ ਇਜ਼ ਨਾਉਨ ਐਸ ਮਨੀ ਕਹਿੰਦੇ ਕਿ ਜਿਹਦੇ ਨਾਲ এক্সচেਜ ਦਾ మీడియం ਹੈ ਆਰਧ ਵਿਵਸਥਾ ਦੇ ਵਿੱਚ এক্সচেਜ ਜਿਹੜੀ ਇਹਦੇ ਨਾਲ ਹੀ ਹੁੰਦੀ ਹੈ ਤੇ ਇਹਨੂੰ ਕੀ ਕਵਾਂਗੇ ਮਨੀ ਕਵਾਂਗੇ ਓਨਲੀ ਕਰੰਸੀ ਨੋਟ ਐਂਡ ਕੋਇਨ ਇਜ਼ ਨੋਟ ਟੇਕਨ note taken to be money rather than any think that facility exchange is known as money kehnde ki der ede vich sirf hai currency hai note hai theek hai ehho ji cheez hai ki jidna hanu facilities mildiyan ne theek hai koi bhi cheez khareedan di koi bhi exchange karan nu kareya ਕਰ ਸਕਦੇ ਆ ਇਹਨਾਂ ਚੀਜ਼ਾਂ ਦੇ ਨਾਲ অন ਅਦਰ ਹੈਂਡ ਅਕੋਰਡਿੰਗ ਟੂ ਦਾ ਬੋਰਡ ਡੈਫੀਨੇਸ਼ਨ ਆਫ ਮਨੀ ਨੀਅਰ ਮਨੀ ਅਸੈਟਸ ਆਰ ਆਲਸੋ ਇਨਕਲੂਡ ਇਨ ਮਨੀ ਤੇ ਇਸੇ ਤਰ੍ਹਾਂ ਜਿਹੜੀ ਨੀਅਰ ਮਨੀ ਹੈ ਕਸੰਪਤੀ ਦੇ ਵਜੂ ਵਰਤੀ ਜਾਂਦੀ ਹੈ ਤਾਂ ਉਹ ਵੀ ਇਸੇ ਚੀਜ਼ ਵਿੱਚ ਇਨਕਲੂਡ ਹੈ ਸੇਵਿੰਗ ਡਿਪੋਜ਼ਿਟ ਐਂਡ ਫਿਕਸਡ ਡਿਪੋਜ਼ਿਟ ਇਜ਼ ਬੈਂਕ ਐਂਡ ਆਫਿਸ ਸ਼ੇਅਰਸ ਡਿਪੈਂਡਰ ਡਿਪੈਂਡ डिवेंचर बोंड्स इंश्योरेंस पॉलिसी एक्सट्रैक्ट्रा आर सेस्ट कैन बी ईजली कन्वर्ट इन टू द मनी और कैश डैट वे दिस असैस आर आलसो कंसीडर टू बी ए फॉर्म ऑफ मनी ये सारा कुछ किस तरह संभव है सिर्फ मनी दे करके मनी न ही सेव कर सकते हैं डिपोजिट करवा के फिक्स डिपोजिट करवा के और इंशोरेंस पॉलिसी वगैरह करवा के ठीक है तो हाडा बेटा है सैवन क्वेश्चन ਵਾਟ ਡੂ ਯੂ ਮੀਨ ਬਾਈ ਅਬਾਊਟ ਦਾ ਸਿਸਟਮ ਆਫ ਨੋਟ ਇਸ਼ੂ ਇਨ ਦਾ ਇੰਡੀਆ ਤੇ ਕਿਸ ਤਰ੍ਹਾਂ ਦਾ ਸਿਸਟਮ ਜਿਹੜਾ ਹੈ ਇੰਡੀਆ ਦੇ ਵਿੱਚ ਨੋਟ ਇਸ਼ੂ ਦਾ ਹੋਇਆ ਹੈ ਉਹਦੇ ਬਾਰੇ ਅਸੀਂ ਦੱਸਣਾ ਹੈ ਸਿਸਟਮ ਆਫ ਨੋਟ ਇਸ਼ੂ ਇਜ਼ ਇੰਡੀਆ ਬਿਫੋਰ ਇੰਡੀਪੈਂਡੈਂਸ ਨੋਟ ਵਰ ਇਸ਼ੂਡ ਇਨ ਦਾ ਇੱਥੇ ਇੱਕ ਵਰਡ ਜਿਹੜਾ ਮੈਨੂੰ ਗਲਤ ਲੱਗਦਾ ਪਿਆ ਉਹ ਕਲੀਅਰ ਕਰ ਲੈਣੇ ਆ ਨਾਲ ਹੀ ਬੁੱਕ ਇਸ ਕਾਸ ਕੇ ਰੱਖੀ ਹੁੰਦੀ ਬੇਟਾ ਕਿ ਤੁਹਾਨੂੰ ਕੋਈ ਵੀ ਮੈਂ ਗਲਤ ਇਨਫੋਰਮੇਸ਼ਨ ਨਾ ਦਵਾਂ ਤੇ ਬਹੁਤ ਜ਼ਿਆਦਾ ਕੇਅਰਫੁਲੀ ਜਿਹੜਾ ਕਰਨਾ ਪੈਂਦਾ ਹਾਂਜੀ ਕਹਿੰਦੇ ਨੇ ਕਿ ਬਿਫੋਰ ਇੰਡੀਪੈਂਡੈਂਸ ਨੋਟ ਵਰ ਇਸ਼ੂਡ ਇਨ ਇੰਡੀਆ ਥਰੂ ਪ੍ਰੋਪੋਜੀਸ਼ਨਲ ਰਿਜ਼ਰਵ ਸਿਸਟਮ ਅੰਡਰ ਰਿਜ਼ਰਵ ਬੈਂਕ ਠੀਕ ਹੈ ਇੱਥੇ ਇੰਡੀਆ ਆਣਾ ਤੇ ਥਰੂ ਆਣਾ ਠੀਕ ਹੈ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934 ਕਹਿੰਦੇ ਐਜ਼ ਅ ਰਿਜ਼ਰਵ ਬੈਂਕ ਆਫ ਇੰਡੀਆ ਤੇ ਨੋਟ ਜਿਹੜੇ ਇਸ਼ੂ ਹੁੰਦੇ ਹੈ ਬਟ ਸਿンス नाइनटीन बट सिंस आगे हैगा बट सिंस या हाँ नाइनटीन फिफ्टी सिक्स इतने बेटा नाइनटीन फिफ्टी सिक्स आना एक मिनट मैं जो ध्यान है तक करवाद थोड़ी वेट कर हाँ जी कट सिंस नाइनटीन फिफ्टी सिक्स मिनीम ਰਿਜ਼ਰਵ ਸਿਸਟਮ ਆਫ ਨੋਟ ਇਸ਼ੂ ਇਸ ਪ੍ਰੀਵੈਂਟ ਇਨ ਦਾ ਕੰਟਰੀ ਫਿਰ ਬਾਅਦ ਚ 96 ਵਿੱਚ ਜਿਹੜਾ ਹੈ ਇਹ ਜਿਆਦਾ ਤੋਂ ਜਿਆਦਾ ਜਿਹੜਾ ਨੋਟ ਸਿਸਟਮ ਰਿਜ਼ਰਵ ਬੈਂਕ ਦੁਆਰਾ ਇਸ਼ੂਡ ਹੋਣ ਲੱਪੇ ਅੰਡਰ ਥਿਸ ਸਿਸਟਮ ਰਿਜ਼ਰਵ ਬੈਂਕ ਆਫ ਇੰਡੀਆ ਮੇਨਟੇਨ ਅ ਮਿਨੀਮਮ ਸਟਾਕ ਆਫ ਗੋਲਡ ਔਰ ਫੋਰਨ ਕਰੰਸੀ ਐਟ ਲੀਸਟ ਵਰਥ 200 ਕਰੋੜ ਤੇ ਇਸ ਤੋਂ ਬਾਅਦ ਜਿਹੜਾ ਹੀ ਜਿਹੜਾ ਜਰ ਬੈਂਕ ਹੀ ਉਹ ਕਰਨ ਲੱਪਿਆ 골ਡ ਵੀ ਤੇ ਜਿਹੜੀ ਫੋਰਨ ਕਰੰਸੀ ਉਹਦੇ ਨਾਲ ਵੀ ਜਿਹੜਾ ਇਹ ਆਪਣਾ ਸਿਸਟਮ ਸਹੀ ਕਰਨ ਲੱਪਿਆ ਜਿੱਦਕਿ ਕੋਲ ਜਿਹੜੀ ਹੋਣੀ ਚਾਹੀਦੀ ਸੀ 2 ਸੋ ਕਰੂ ਜਿਹੜਾ ਹੁੰਦਾ ਹੈ ਇਹ ਇਹਦੇ ਵਿੱਚ ਹੈਗਾ ਤੇ ਇਹ 1956 ਦੇ ਵਿੱਚ ਉਹਨਾਂ ਨੇ ਆ ਕੀਤਾ ਹੈ ਕਿ ਪੈਸੇ ਦੇ ਨਾਲ ਨਾਲ 골ਡ ਵੀ ਸਟੋਰ ਕਰਨਾ ਸ਼ੁਰੂ ਕੀਤਾ ਤੇ ਜਿਹੜਾ ਜਿਹੜੀ ਫੋਰਨ ਕਰੰਸੀ ਉਹਨੂੰ ਵੀ ਤੇ ਅੱਗੇ ਹੈਗਾ ਕਿ 1956 ਇਟ ਹੈਜ਼ ਬੀਨ ਸਪੈਸੀਫਾਈਡ ਥੈਟ ਜ਼ੋ ਬੈਂਕ ਆਫ ਇੰਡੀਆ ਵਿਲ ਮੇਨਟੇਨ ਅ ਸਟਾਕ ਆਫ 골ਡ ਵਰਥ ਐਟ ਲੀਸਟ ਰੁਪੀਏ 115 ਕਰੋੜ ਪਹਿਲਾਂ ਹੈਗਾ ਇਹ 200 ਕਰੋੜ ਤੇ ਫਿਰ ਉਹਨਾਂ ਨੇ ਇਹ ਕਰ ਦਿੱਤਾ ਕਿ 150 crore and foreign exchange assessed worth at least 85 crore te jehdi foreign currency da hunda hi oda jehdi sampatti kam se kam jehdi 85 crore honi chahidi e and othon da system sade india da system hai jehda ke shuru hoya hai 1934 to laake te phir onadi jo bhi age changes kite 1956 e sara system jehda ਇਦੇ ਵਿੱਚ ਤੁਹਾਨੂੰ ਦੱਸਤਾ ਹੈ ਤੇ ਬੇਟਾ ਚੰਗੀ ਤਰ੍ਹਾਂ ਯਾਦ ਕਰ ਲੈਣਾ ਅੱਗੇ ਹੈਗਾ ਡਿਫਾਈਨ ਮਨੀ ਰਾਈਟ ਇ ਨੋਟ ਔਨ ਮਨੀ ਸਪਲਾਈ ਹੁਣ ਫਿਰ ਡਿਫਾਈਨ ਕਰਨਾ ਮਨੀ ਤੇ ਐਗਜ਼ਾਮਪਲ ਅਸੀਂ ਉਹੀ ਦਵਾਂਗੇ ਜਿਹੜਾ ਕਿ ਹੱਡਾ ਡੈਫੀਨੇਸ਼ਨ ਔਫ ਮਨੀ ਅਕੋਰਡਿੰਗ ਟੂ ਜੀ ਕਰੋਥਰ ਮਨੀ ਕੈਨ ਬੀ ਡਿਫਾਈਨ ਐਜ਼ ਐਨੀ ਡੈਟ ਇਜ਼ ਜਨਰਲ ਅਕਸੈਪਟੇਸ਼ਨ ਅਕਸੈਪਟਡ ਐਜ਼ ਅ ਮੀਨ ਔਫ ਅ ਚੇਂਜ ਐਂਡ ਐਜ਼ ਐਟ ਦ ਸੇਮ ਟਾਈਮ ਐਕਟ ਐਜ਼ ਅ ਮੇਜ਼ਰ ਐਂਡ ਐਜ਼ ਅ ਸਟੋਰ ਔਫ ਵੈਲਿਊ ਮਨੀ ਸਪਲਾਈ ਠੀਕ ਹੈ ਇਟ ਰੈਫਰ ਟੂ ਟੋਟਲ ਕੁਆਂਟੀਟੀ ਆਫ ਮਨੀ ਅਵੇਲੇਬਲ ਇਨ ਦਾ ਇਨ ਐਨ ਇਕਨੋਮੀ ਐਟ ਅ ਸਪੈਸਿਫਿਕ ਪੁਆਇੰਟ ਆਫ ਟਾਈਮ ਇਟ ਹੈਜ਼ ਟੂ ਕੀ ਫੀਚਰਸ ਜਿਹੜਾ ਮਨੀ ਦਾ ਸਾਰਾ ਦੱਸ ਦੇਣਾ ਐ ਐਗਜ਼ੈਂਪਲ ਦੱਸ ਦੇਣੀ ਐ ਸੌਰੀ ਪਰਿਭਾਸ਼ਾ ਦੱਸ ਦੇਣੀ ਐ ਤੇ ਉਸ ਤੋਂ ਬਾਅਦ ਇਹ ਫੀਚਰ ਦੱਸਨੇ ਕਿ ਕਿਹੜੇ ਹੈ ਤੇ ਸਾਡਾ ਪਹਿਲਾ ਫੀਚਰ ਹੈਗਾ ਵਿਸ਼ੇਸ਼ਤਾ the concept of money supply is a store concept stock concept it is calculate at a specific point of time it does not have any time dimension theek hai ede vich jehda hai stock kiti jandi hai theek hai calculate kar sakde ha te it has not any time dimension matlab koi aur nahi hai time ke is par time te hi hona chahiye jo bhi hai theek hai agge hai second point saada मनी सप्लाई इंक्लूड दैट पार्ट ऑफ मनी विच इज अवेलेबल विद द पब्लिक ऑफ द कंट्री पब्लिक ऑफ द कंट्री रेफर टू द हाउस होल्ड सेक्टर एंड प्रोड्यूसर्स यूनिट इट इज नॉट इंक्लूड गवर्नमेंट एंड बैंक ऑफ द कंट्री ठीक है यह पब्लिक मनी सप्लाई है एसे विच कोई यूज नहीं है कोई इंक्ल्यूड नहीं है गौरमेंट द बैंक ऑफ कंट्री ਠੀਕ ਹੈ ਬੇਟਾ ਜੀ ਇਸ ਤਰ੍ਹਾਂ ਹੀ ਅੱਜ 4 ਨੰਬਰਾਂ ਵਾਲੇ ਜਿਹੜੇ ਕੁਐਸਚਨ ਸਾਰੇ ਡਿਸਕਸ ਕਰ ਲਏ ਤਾਂ ਹੁਣ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਸੋਰਸ ਬੇਸਡ ਕੁਐਸਚਨ ਆਣੇ ਨੇ ਉਹ ਵੀ ਤੁਹਾਨੂੰ 4 ਨੰਬਰਾਂ ਤੇ ਆਣੇ ਨੇ ਤੇ ਉਹ ਹੀ ਡਿਸਕਸ ਕਰਾਂਗੇ ਤਦ ਤੱਕ ਤੁਸੀਂ ਇਹ ਚੰਗੀ ਤਰ੍ਹਾਂ ਪੜ੍ਹ ਲਓ ਧਿਆਨ ਨਾਲ ਪੜ੍ਹ ਲਓ ਹਰ ਇੱਕ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬੇਟਾ ਨਾਲ ਨਾਲ ਤਿਆਰੀ ਕਰ ਲਓ ਤਾਂ ਜੋ ਤੁਹਾਨੂੰ ਮੁਸ਼ਕਲ ਨਾ ਆਵੇ ਪੇਪਰਾਂ ਵਿੱਚ ਤੇ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ